ਲਹਿਰਾਂ ਦੇ ਨਾਲ ਤੇ ਹਰ ਕੋਈ ਤੈਰ ਲੈਂਦਾ ਹੈ, ਪਰ ਜੇ ਤੁਹਾਡੇ ਅੰਦਰ ਲਹਿਰਾਂ ਦੇ ਖਿਲਾਫ ਤੈਰਨ ਦਾ ਹੌਸਲਾ ਤੇ ਜਨੂਨ ਹੈ ਤਾਂ ਇਹ ਕਹਾਣੀ ਤੁਹਾਡੇ ਲਈ ਹੈ। ਜੇ ਤੁਸੀਂ ਕਾਲੀ ਬੋਲੀ ਰਾਤ ਤੋਂ ਬਾਅਦ ਬਿਨਾਂ ਅੱਖ ਝਪਕੇ ਸੂਰਜ ਦੇ ਚੜ੍ਹਨ ਦਾ ਇੰਤਜ਼ਾਰ ਕਰ ਸਕਦੇ ਹੋ ਤਾਂ ਇਹ ਕਹਾਣੀ ਤੁਹਾਡੇ ਲਈ ਹੈ, ਕਿਉਂਕਿ ਇਹ ਕਹਾਣੀ ਹੈ ਇੱਕ ਐਸੇ ਯੋਧੇ, ਇੱਕ ਐਸੇ ਕਰਮ ਯੋਗੀ ਦੀ ਜਿਹਨੇ ਕਿਹਾ ਨਹੀਂ ਬਲਕਿ ਕਰਕੇ ਦਿਖਾਇਆ ਕਿ ਜੇ ਇਨਸਾਨ ਠਾਣ ਲਏ, ਪੱਕਾ ਇਰਾਦਾ ਕਰ ਲਏ ਤਾਂ ਕੁਝ ਵੀ ਅਸੰਭਵ ਨਹੀਂ। ਕੌਣ ਕਹਿਤਾ ਹੈ ਕਿ ਆਸਮਾਂ ਮੇਂ ਸੁਰਾਖ ਨਹੀਂ ਹੋ ਸਕਤਾ, ਇੱਕ ਪੱਥਰ ਤੋ ਤਬੀਅਤ ਸੇ ਉਛਾਲੋ ਯਾਰੋ। ਜੀ ਦੋਸਤੋ, ਅਸੀਂ ਗੱਲ ਕਰ ਰਹੇ ਹਾਂ ਸਰਦਾਰ ਚਰਨਜੀਤ ਸਿੰਘ ਚੰਨੀ ਹੁਣਾਂ ਦੀ। ਸੀਟੀ ਯੂਨੀਵਰਸਿਟੀ ਦੇ ਚਾਂਸਲਰ ਸਰਦਾਰ ਚਰਨਜੀਤ ਸਿੰਘ ਚੰਨੀ, ਸਾਡੇ ਸਭ ਦੇ ਅਜ਼ੀਜ਼ ਤੇ ਸਾਡੀ ਇਸ ਕਹਾਣੀ ਦੇ ਨਾਇਕ ਚੰਨੀ ਜੀ। ਇਹ ਕਹਾਣੀ ਹੈ ਉਹਨਾਂ ਦੇ ਇੱਕ ਰੀਅਲ ਐਸਟੇਟ ਬਿਜ਼ਨਸਮੈਨ ਤੋਂ ਚਾਂਸਲਰ ਬਣਨ ਦੀ, ਤੇ ਇਹ ਸਫ਼ਰ ਸੌਖਾ ਨਹੀਂ ਸੀ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਅੱਜ ਦੇ ਨਾਟਕ ਬਾਰੇ, ਜੋ ਕਿ ਆਧਾਰਿਤ ਹੈ ਚੰਨੀ ਜੀ ਦੀ ਜ਼ਿੰਦਗੀ ਦੇ ਉੱਪਰ। ਇਸ ਨਾਟਕ ਵਿੱਚ ਚੰਨੀ ਜੀ ਤੇ ਉਹਨਾਂ ਨਾਲ ਸੰਬੰਧਿਤ ਸਾਰੇ ਕਿਰਦਾਰਾਂ ਦੇ ਰੋਲਸ ਸਾਡੇ ਐਕਟਰਸ ਨੇ ਨਿਭਾਏ ਨੇ। ਔਰ ਇਸ ਨਾਟਕ ਦੀ ਦਿਲਚਸਪ ਗੱਲ ਇਹ ਹੈ ਕਿ ਇਸ ਨਾਟਕ ਵਿਚਲੇ ਸਾਰੇ ਗੀਤਾਂ ਨੂੰ ਚੰਨੀ ਸਾਹਿਬ ਨੇ ਆਪਣੀ ਆਵਾਜ਼ ਆਪ ਦਿੱਤੀ ਹੈ। ਸ਼ੁਰੂ ਕਰਨ ਜਾ ਰਹੇ ਹਾਂ ਅੱਜ ਦੀ ਪੇਸ਼ਕਾਰੀ, ਜੀਨਾ ਇਸੀ ਕਾ ਨਾਮ ਹੈ। ਮੁਸਕੁਰਾਹਟੋਂ ਪੇ ਹੋ ਨਿਸਾਰ, ਕਿਸੀ ਕਾ ਦਰਦ ਮਿਲ ਸਕੇ ਤੋ ਲੈ ਉਧਾਰ, ਕਿਸੀ ਕੇ ਵਾਸਤੇ ਹੋ ਤੇਰੇ ਦਿਲ ਮੇਂ ਪਿਆਰ। ਜੀਨਾ ਇਸੀ ਕਾ ਨਾਮ ਹੈ, ਕਿਸੀ ਕੀ ਮੁਸਕੁਰਾਹਟੋਂ ਪੇ ਹੋ ਨਿਸਾਰ, ਕਿਸੀ ਕਾ ਦਰਦ ਮਿਲ ਸਕੇ ਤੋ ਲੈ ਉਧਾਰ, ਕਿਸੀ ਕੇ ਵਾਸਤੇ ਹੋ ਤੇਰੇ ਦਿਲ ਮੇਂ ਪਿਆਰ। ਜੀਨਾ ਇਸੀ ਕਾ ਨਾਮ ਹੈ, ਦਿਲ ਕੇ ਐਤਬਾਰ ਕਾ ਜ਼ਿੰਦਾ ਹੈ ਹਮ ਇਸ ਨਾਮ ਪਿਆਰ ਕਾ, ਰਿਸ਼ਤਾ ਦਿਲ ਸੇ ਦਿਲ ਕੇ ਐਤਬਾਰ ਕਾ ਜ਼ਿੰਦਾ ਹੈ ਹਮ ਇਸ ਨਾਮ ਪਿਆਰ ਕਾ, ਤੇ ਮਰ ਕੇ ਵੀ ਕਿਸੀ ਕੋ ਯਾਦ ਆਏਂਗੇ, ਕਿਸੀ ਕੇ ਆਂਸੂਆਂ ਮੇਂ ਮੁਸਕੁਰਾਏਂਗੇ, ਕਹੇਗਾ ਫੁੱਲ ਹਰ ਕਲੀ ਸੇ ਬਾਰ ਬਾਰ। ਜੀਨਾ ਇਸੀ ਕਾ ਨਾਮ ਹੈ,
किसी की मुस्कुराहटों पे हो निसार, किसी का दर्द मिल सके तो ले उधार, किसी के वास्ते हो तेरे दिल में प्यार, जीना इसी का नाम है। ਚੰਨੀ ਜੀ ਦੀ ਜਨਮ ਭੂਮੀ ਅੰਮ੍ਰਿਤਸਰ, ਜਿੱਥੇ 15 ਅਗਸਤ 1949 ਨੂੰ ਸਰਦਾਰ ਗੁਰਮੁਖ ਸਿੰਘ ਤੇ ਸਰਦਾਰਨੀ ਮਨਜੀਤ ਕੌਰ ਦੇ ਘਰ ਜਨਮ ਹੋਇਆ ਸਾਡੀ ਕਹਾਣੀ ਦੇ ਨਾਇਕ ਦਾ। ਤੇ ਪਹਿਲੀ ਗੱਲ ਜਿਹੜੀ ਪਿਤਾ ਜੀ ਦੇ ਮੂੰਹੋਂ ਨਿਕਲੀ ਉਹ ਇਹ ਸੀ, ਮੇਰਾ ਚੰਨ ਪੁੱਤ। ਪਿਤਾ ਜੀ ਨੇ ਸਹਿਜ ਸੁਭਾਈ ਕਹਿ ਦਿੱਤਾ ਸੀ ਮੇਰਾ ਚੰਨ ਪੁੱਤ। ਕਿਸੇ ਨੇ ਨਹੀਂ ਸੀ ਸੋਚਿਆ ਕਿ ਇਹ ਵਾਕਈ ਇੱਕ ਦਿਨ ਚੰਨ ਵਾਂਗੂ ਚਮਕੇਗਾ, ਪਰ ਚੰਨ ਵਾਂਗੂ ਚਮਕਣ ਲਈ ਆਪ ਬਲਣਾ ਪੈਂਦਾ ਹਜ਼ੂਰ। ਸੋਨਾ ਅੱਗ 'ਚ ਤਪ ਕੇ ਹੀ ਕੁੰਦਨ ਬਣਦਾ ਹੈ। ਸੋ ਚੰਨੀ ਜੀ ਨੇ ਜ਼ਿੰਦਗੀ ਦੀ ਭੱਠੀ 'ਚ ਤਪਣ ਦਾ ਸਫ਼ਰ ਸ਼ੁਰੂ ਕੀਤਾ ਅੰਮ੍ਰਿਤਸਰ ਤੋਂ। 5ਵੀਂ ਤੱਕ ਪੜ੍ਹਾਈ ਕੀਤੀ ਅੰਮ੍ਰਿਤਸਰ, ਅਤੇ ਉਸ ਤੋਂ ਬਾਅਦ ਦਾਖਲਾ ਲਿਆ ਸੀਨੀਅਰ ਮਾਡਲ ਸਕੂਲ ਲਾਡੋਵਾਲੀ ਰੋਡ ਜਲੰਧਰ 'ਚ। ਜਦੋਂ 10ਵੀਂ ਚੰਗੇ ਨੰਬਰਾਂ ਨਾਲ ਪਾਸ ਕੀਤੀ ਤਾਂ ਬੜਾ ਚਾਅ ਸੀ, ਬੜਾ ਜੋਸ਼ ਸੀ ਕਿ ਮੈਂ ਆਪਣੇ ਮਾਤਾ ਪਿਤਾ ਦੇ ਸੁਪਨਿਆਂ ਨੂੰ ਪੂਰਾ ਕਰਾਂਗਾ। ਹਰ ਜਨਾਬ, ਸੁਪਨਿਆਂ ਅਤੇ ਹਕੀਕਤ ਦੇ ਵਿਚਲੇ ਫਰਕ ਦਾ ਨਾਂ ਹੀ ਤਾਂ ਹੈ ਜ਼ਿੰਦਗੀ। ਅੱਲੜ ਉਮਰੇ ਪਿਤਾ ਦਾ ਸਾਹ ਸਿਰ ਤੋਂ ਉੱਠ ਜਾਣਾ ਬਹੁਤ ਵੱਡਾ ਝਟਕਾ ਸੀ। ਇੱਕ ਵਾਰੀ ਤਾਂ ਇੱਦਾਂ ਲੱਗਾ ਜਿਵੇਂ ਸਾਰੇ ਸੁਪਨੇ ਖੇਰੂ ਖੇਰੂ ਹੋ ਗਏ ਹੋਣ। ਪੜ੍ਹਾਈ ਜਾਰੀ ਰੱਖਣ ਦੀ ਕੋਈ ਸੂਰਤ ਨਹੀਂ ਸੀ ਨਜ਼ਰ ਆ ਰਹੀ, ਸੋ ਮਜਬੂਰਨ ਸਕੂਲ ਛੱਡਣਾ ਪਿਆ। ਉਸ ਸਾਲ ਘਰ 'ਚ ਹੋਲੀ ਨਹੀਂ ਮਨਾਈ ਗਈ, ਕੋਈ ਰੰਗ ਨਹੀਂ ਖੇਡੇ ਗਏ, ਦੀਵਾਲੀ ਨਹੀਂ ਮਨਾਈ ਗਈ, ਕੋਈ ਦੀਵਾ ਨਹੀਂ ਬਲਿਆ। ਪਰ ਤੁਰ ਅੰਦਰ ਜ਼ਿੰਦਗੀ ਨਾਲ ਲੜਨ ਦੀ ਅੱਗ ਲੱਟ ਲੱਟ ਬਲਦੀ ਪਈ ਸੀ। ਉਸ ਸੰਘਰਸ਼ਮਈ ਦੌਰ ਦੇ ਵਿੱਚ 7-8 ਮਹੀਨੇ ਇਹਨਾਂ ਨੇ ਜਲੰਧਰ 'ਚ ਗੁਜ਼ਾਰੇ। ਦਾਦਾ ਜੀ ਦੇ ਨਾਲ ਉਹਨਾਂ ਦੇ ਬਿਜ਼ਨਸ 'ਚ ਵੀ ਹੱਥ ਵਟਾਉਣ ਦੀ ਕੋਸ਼ਿਸ਼ ਕੀਤੀ ਪਰ ਮਨ ਨਹੀਂ ਲੱਗਾ। ਅਤੇ ਦੂਜੇ ਪਾਸੇ
ਮਾਤਾ ਜੀ ਦਾ ਮਨ ਵੀ ਉਖੜਿਆ ਉਖੜਿਆ ਰਹਿੰਦਾ ਸੀ ਅਤੇ ਦੋਹਾਂ ਭਰਾਵਾਂ ਨੇ ਮਾਤਾ ਜੀ ਨੂੰ ਲੈ ਕੇ ਅੰਮ੍ਰਿਤਸਰ ਜਾਣ ਦਾ ਫੈਸਲਾ ਕੀਤਾ। ਉੱਥੇ ਨਵੇਂ ਜੋਸ਼ ਅਤੇ ਨਵੀਂ ਹਿੰਮਤ ਨਾਲ ਐਮਬਰਾਇਡਰੀ ਦਾ ਕੰਮ ਸ਼ੁਰੂ ਕੀਤਾ ਕਿ ਅੱਗੇ ਦਿਨ ਪੱਧਰੇ ਅਤੇ ਸੁਖਾਵੇਂ ਹੋ ਜਾਣਗੇ। ਪਰ ਇਮਤਿਹਾਨ ਅਜੇ ਹੋਰ ਵੀ ਬਾਕੀ ਸੀ। ਪਰ ਅਫਸੋਸ, ਪੈਸਿਆਂ ਦਾ ਇੰਤਜ਼ਾਮ ਨਹੀਂ ਹੋ ਸਕਿਆ ਅਤੇ ਨਤੀਜਾ ਇੱਕ ਹੋਰ ਹਾਦਸਾ, ਇੱਕ ਹੋਰ ਤ੍ਰਾਸਦੀ, ਇੱਕ ਹੋਰ ਜ਼ਖਮ। ਮਾਂ ਅਤੇ ਪੁੱਤਰ ਹੁਣ ਬਹੁਤ ਕੁਝ ਗਵਾ ਚੁੱਕੇ ਸੀ। ਸਹਾਰਾ ਸੀ ਤਾਂ ਬਸ ਇੱਕ ਦੂਜੇ ਦਾ। ਮੈਂ ਕਭੀ ਬਤਲਾਤਾ ਨਹੀਂ ਪਰ ਅੰਧੇਰੇ ਸੇ ਡਰਤਾ ਹੂੰ ਮੈਂ ਮਾਂ, ਯੂੰ ਤੋ ਮੈਂ ਦਿਖਲਾਤਾ ਨਹੀਂ ਤੇਰੀ ਪਰਵਾਹ ਕਰਤਾ ਹੂੰ ਮੈਂ ਮਾਂ, ਤੁਝੇ ਸਭ ਹੈ ਪਤਾ ਹੈ ਨਾ ਮਾਂ, ਤੁਝੇ ਸਭ ਹੈ ਪਤਾ ਮੇਰੀ ਮਾਂ। ਮਾਂ ਤਾਂ ਫਿਰ ਮਾਂ ਹੀ ਹੁੰਦੀ ਹੈ। ਇਹਨਾਂ ਸਭ ਗਵਾਉਣ ਦੇ ਬਾਵਜੂਦ ਵੀ ਸਰਦਾਰਨੀ ਮਨਜੀਤ ਕੌਰ ਹੋਰਾਂ ਨੇ ਉਸ ਪਰਮਾਤਮਾ ਉੱਪਰ ਆਪਣੇ ਵਿਸ਼ਵਾਸ ਨੂੰ ਤੋਲਣ ਨਹੀਂ ਦਿੱਤਾ। ਦਿਨ ਰਾਤ ਗੁਰਬਾਣੀ ਨਾਲ ਜੁੜੇ ਰਹਿਣਾ ਅਤੇ ਗੁਰੂ ਘਰ ਸੇਵਾ ਕਰਨੀ, ਆਪਣੀ ਮਾਤਾ ਜੀ ਦੀ ਇਹੀ ਤਪੱਸਿਆ ਦੇਖ ਕੇ ਚੰਨੀ ਜੀ ਨੂੰ ਜ਼ਿੰਦਗੀ ਨਾਲ ਲੜਨ ਦਾ ਹੌਸਲਾ ਮਿਲਦਾ ਰਿਹਾ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ ਧੀਏ, ਸਤਿ ਸ਼੍ਰੀ ਅਕਾਲ ਪੁੱਤਰ।
ਗੁਰਦੁਆਰੇ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਤੇ ਲੰਗਰ ਤੇ ਲੰਗਰ ਚੱਲ ਰਹੇ ਨੇ। ਤੁਸੀਂ ਵੀ ਸੇਵਾ ਦੇ ਵਿੱਚ ਹਿੱਸਾ ਪਾਓ। ਬਾਬਾ ਜੀ, ਮੇਰਾ ਚੰਨੀ ਪੁੱਤ ਜਿੰਨਾ ਕੁ ਕਮਾਉਂਦਾ ਉਸ ਨਾਲ ਸਾਡੇ ਘਰ ਦਾ ਗੁਜ਼ਾਰਾ ਹੀ ਮਸੀਂ ਹੁੰਦਾ। ਅਸੀਂ ਇੰਨੇ ਜੋਗੇ ਨਹੀਂ ਕਿ ਲੰਗਰ ਦੀ ਸੇਵਾ ਕਰ ਸਕੀਏ। ਕੋਈ ਗੱਲ ਨਹੀਂ ਧੀਏ, ਤੁਸੀਂ ਕਰੋ ਪ੍ਰਸ਼ਾਦੇ ਲੈ ਆਓ, ਪਰ ਸੇਵਾ ਦੇ ਵਿੱਚ ਹਿੱਸਾ ਜ਼ਰੂਰ ਪਾਓ। ਨਾਲ ਤੂੰ ਘਬਰਾ ਨਾ ਧੀਏ, ਪਰਮਾਤਮਾ ਨੇ ਤੇਰੇ ਚੰਨੀ ਪੁੱਤਰ ਨੂੰ ਇੱਕ ਦਿਨ ਬਹੁਤ ਦੇਣਾ ਧੀਏ, ਬਹੁਤ ਦੇਣਾ। ਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਜੀ। ਪਰਮਾਤਮਾ ਕਰੇ ਪਾਪਾ ਜੀ ਦੇ ਆਸ਼ੀਰਵਾਦ ਨਾਲ ਮੇਰੇ ਚੰਨੀ ਪੁੱਤ ਦੀ ਮੇਹ ਰੰਗ ਲਿਆਵੇ ਤੇ ਉਹ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮਾਂ ਦੀ ਤਪੱਸਿਆ ਤੇ ਬਾਬਾ ਜੀ ਦਾ ਆਸ਼ੀਰਵਾਦ, ਦਿਨ ਫਿਰਨੇ ਸ਼ੁਰੂ ਹੋ ਗਏ। ਹੁਣ ਤੱਕ ਚੰਨੀ ਜੀ ਨੂੰ ਇਹ ਅਹਿਸਾਸ ਹੋ ਚੁੱਕਾ ਸੀ ਕਿ ਜਨਮ ਭੂਮੀ ਭਾਵੇਂ ਅੰਮ੍ਰਿਤਸਰ ਹੈ ਪਰ ਕਰਮ ਭੂਮੀ ਜਲੰਧਰ ਹੀ ਬਣੇਗੀ। ਸੋ ਫਾਈਨਲੀ ਸੰਨ 1977 ਦੇ ਵਿੱਚ ਜਲੰਧਰ ਆ ਗਏ। ਇੱਥੇ ਨਵੇਂ ਸਿਰੇ ਤੋਂ ਮਿਹਨਤ ਸ਼ੁਰੂ ਕੀਤੀ। ਕਿਸਮਤ ਦੀ ਟੁੱਟੀ ਮਾਲਾ ਦੇ ਮੋਤੀ ਚੁਗਣ ਦੀ ਹਿੰਮਤ ਕਿਸੇ ਕਿਸੇ 'ਚ ਹੁੰਦੀ ਹੈ। ਕਿਸਮਤ ਨੂੰ ਦੋਸ਼ ਤਾਂ ਸਾਰੇ ਦਿੰਦੇ ਨੇ ਪਰ ਕਿਸਮਤ ਨਾਲ ਲੜਨ ਦੀ ਜੁਰਅਤ ਕਿਸੇ ਕਿਸੇ 'ਚ ਹੁੰਦੀ ਹੈ ਤੇ ਇਹ ਹਿੰਮਤ ਇਹ ਜੁਰਅਤ ਦਿਖਾਈ ਸਾਡੀ ਇਸ ਕਹਾਣੀ ਦੇ ਨਾਇਕ ਨੇ। ਜਲੰਧਰ ਆ ਕੇ ਨਵੇਂ ਜੋਸ਼ ਨਵੀਂ ਹਿੰਮਤ ਦੇ ਨਾਲ ਐਮਬਰਾਇਡਰੀ ਦਾ ਕੰਮ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਦੋਸਤਾਂ ਦੀ ਸਲਾਹ ਤੇ ਰੀਅਲ ਐਸਟੇਟ ਦਾ ਬਿਜ਼ਨਸ ਵੀ ਸ਼ੁਰੂ ਕੀਤਾ। ਮੈਨੂੰ ਤੇਰਾ ਇਹ ਪ੍ਰਪੋਜ਼ਲ ਪਸੰਦ ਆਇਆ ਪਰ ਮੈਨੂੰ ਇਹ ਪ੍ਰੋਪਰਟੀ ਦੇ ਕੰਮ ਵਿੱਚ ਤਜਰਬਾ ਨਹੀਂ। ਲੈ ਚੰਨੀ ਸਾਹਿਬ, ਡਰਦੇ ਕਿਉਂ? ਤਜਰਬਾ ਸਾਡੇ ਕੋਲ ਹੈ, ਸੋਝ ਤੁਹਾਡੇ ਕੋਲ ਹੈ, ਨਾਲੇ ਡਰ ਕਿਹੜੀ ਗੱਲ ਦਾ, ਆਪਾਂ ਤੁਹਾਡੇ ਨਾਲ ਹਾਂ। ਠੀਕ ਹੈ ਤੇ ਫਿਰ ਚੰਨੀ ਸਾਹਿਬ, ਅੱਜ ਤੋਂ ਪਾਰਟਨਰਸ? ਪਾਰਟਨਰਸ ਨਹੀਂ, ਭਰਾ, ਸੁੱਖ ਦੁੱਖ ਦੇ ਸਾਥੀ। ਉਹ ਇਹ ਕੀਤੀ ਹੈ ਨਾ ਗੱਲ ਭਰਾਵਾਂ ਵਾਲੀ? ਉਹ ਬਹਾਦਰ, ਮੂੰਹ ਤੇ ਮਿੱਠਾ ਕਰਾ ਜਿਹੜਾ ਸਾਹਿਬ ਉਹਨਾਂ ਦਾ। ਮਿੱਠਾ ਤਾਂ ਠੀਕ ਆਈ ਪਰ ਮਾਰੇ ਗਾਓ ਮੈਂ ਖੁਸ਼ੀ ਕੇ ਮੌਕੇ ਪੇ ਮੂੰਹ ਕੌੜਾ ਕਰੇ। ਉਹ ਕੌੜਾ ਵੀ ਕਰਾ ਦੇਗੇ ਤੇਰਾ, ਹਲੇ ਤਾਂ ਦੁਪਹਿਰ ਹੀ ਹੈ, ਜਾ ਕੇ ਮਿੱਠਾ ਲੈ ਗਿਆ। ਠੀਕ ਹੈ ਸ਼ਾਮ ਜੀ, ਮੈਂ ਲੱਡੂ ਲੈ ਕੇ ਆਤਾ। ਪਤੰਦਰ ਦੇ ਨਹੀਂ ਮੂੰਹ ਕੌੜਾ ਭਾਲਦਾ। ਪ੍ਰੋਪਰਟੀ ਦੇ ਕੰਮ 'ਚ ਹੌਲੀ ਹੌਲੀ ਚੰਨੀ ਜੀ ਦੇ ਪੈਰ ਜੰਮਣ ਲੱਗੇ ਅਤੇ ਇਸੇ ਦੌਰਾਨ ਉਹਨਾਂ ਦੀ ਜ਼ਿੰਦਗੀ 'ਚ ਇੱਕ ਹਸੀਨ ਮੋੜ ਆਇਆ ਜਦੋਂ ਪਰਮਿੰਦਰ ਕੌਰ ਹੋਰਾਂ ਦੇ ਨਾਲ ਉਹਨਾਂ ਦੀ ਇੰਗੇਜਮੈਂਟ ਹੋਈ। ਇੰਗੇਜਮੈਂਟ ਦੇ ਕੁਝ ਹੀ ਦਿਨਾਂ ਦੇ ਅੰਦਰ ਉਹਨਾਂ ਨੂੰ ਪ੍ਰੋਪਰਟੀ ਦੇ ਕੰਮ 'ਚ ਬਹੁਤ ਵੱਡਾ ਮੁਨਾਫਾ ਹੋਇਆ ਅਤੇ ਇਹ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਖੁਸ਼ਨੁਮਾ ਦਿਨ ਸੀ ਅਤੇ ਚੰਨੀ ਜੀ ਦੇ ਮੁਤਾਬਿਕ ਇਹ ਖੁਸ਼ੀ ਉਹਨਾਂ ਨੂੰ ਪਰਮਿੰਦਰ ਜੀ ਦੀ ਬਦੌਲਤ ਹੀ ਮਿਲੀ ਸੀ। ਚੰਨੀ ਜੀ ਨੇ ਆਪਣੇ ਜਜ਼ਬਾਤ ਦਾ ਇਜ਼ਹਾਰ ਕੀਤਾ ਦੀਵਾਲੀ ਦੇ ਮੌਕੇ 'ਤੇ ਪਰਮਿੰਦਰ ਜੀ ਨੂੰ ਇੱਕ ਖੂਬਸੂਰਤ ਕਾਰਡ ਭੇਜ ਕੇ।
तुझे देखा तो ये जाना सनम, प्यार होता है दीवाना सनम, तुझे देखा तो ये जाना सनम, प्यार होता है दीवाना सनम, अब यहाँ से कहाँ जाएं हम, तेरी बाहों में मर जाएं हम, तुझे देखा तो ये जाना सनम, प्यार होता है दीवाना सनम, अब यहाँ से कहाँ जाएं, तेरी बाहों में मर जाएं, तुझे देखा तो ये जाना सनम। तुझे देखा तो ये जाना सनम, प्यार होता है दीवाना सनम, तुझे देखा तो ये जाना सनम, अब यहाँ से कहाँ जाएं हम, तेरी बाहों में मर जाएं हम, तेरी बाहों में मर जाएं हम। 9 नवंबर 1980 ਨੂੰ ਚੰਨੀ ਜੀ ਤੇ ਪਰਮਿੰਦਰ ਜੀ ਵਿਆਹ ਦੇ ਅਟੁੱਟ ਬੰਧਨ 'ਚ ਬੱਝ ਗਏ ਤੇ ਵਾਕਈ ਹੀ ਪਰਮਿੰਦਰ ਜੀ ਚੰਨੀ ਜੀ ਲਈ ਲੱਕੀ ਚਾਮ ਸਾਬਿਤ ਹੋਏ। ਪ੍ਰੋਪਰਟੀ ਦਾ ਕੰਮ ਜ਼ੋਰਾਂ ਨਾਲ ਚੱਲ ਨਿਕਲਿਆ ਤੇ ਖੁਸ਼ੀਆਂ ਦੁਨੀਆਂ ਉਦੋਂ ਹੋਈਆਂ ਜਦੋਂ ਘਰ 'ਚ ਇੱਕ ਨਿੱਕਾ ਜੀ ਆਇਆ। 12 ਅਗਸਤ 1981 ਨੂੰ ਪਹਿਲੇ ਬੇਟੇ ਮਨਬੀਰ ਸਿੰਘ ਦਾ ਜਨਮ ਹੋਇਆ ਤੇ 13 ਅਕਤੂਬਰ 1982 ਪਰੀਆਂ ਦੇ ਲੋਕ ਤੋਂ ਆਈ ਇੱਕ ਪਿਆਰੀ ਜਿਹੀ ਗੁੜੀਆ ਨੈਂਸੀ ਘਰ ਦਾ ਸ਼ਿੰਗਾਰ ਬਣੀ ਤੇ 3 ਦਸੰਬਰ 1988 ਨੂੰ ਇੱਕ ਹੋਰ ਰੋਸ਼ਨ ਚਿਰਾਗ ਹਰਪ੍ਰੀਤ ਸਿੰਘ ਦਾ ਜਨਮ ਹੋਇਆ। ਕਾਮਯਾਬੀ ਚੰਨੀ ਜੀ ਦੇ ਕਦਮ ਚੁੰਮ ਰਹੀ ਸੀ, ਮਹਿਫਿਲਾਂ ਤੇ ਪਾਰਟੀਆਂ ਦਾ ਦੌਰ ਜਾਰੀ ਸੀ ਤੇ ਚੰਨੀ ਜੀ ਦੀ ਪਾਰਟੀਆਂ ਦੀ ਤਾਂ ਗੱਲ ਹੀ ਅਲੱਗ ਸੀ। ਕਹਿੰਦੇ ਨੇ ਸ਼ੌਕ ਕਦੇ ਮਰਦਾ ਨਹੀਂ, ਦਬ ਜ਼ਰੂਰ ਜਾਂਦਾ। ਚੰਨੀ ਜੀ ਦੇ ਅੰਦਰ ਵੀ ਗਾਇਕੀ ਦੀ ਜਿਹੜੀ ਅੱਗ ਸੀ ਉਹ ਵੀ ਉਹਨਾਂ ਨੇ ਕਦੇ ਬੁਝਣ ਨਹੀਂ ਦਿੱਤੀ। ਕਿਤੇ ਨਾ ਕਿਤੇ ਉਹ ਸੁਲਗਦੀ ਰਹੀ, ਮਗਦੀ ਰਹੀ ਤੇ ਉਹ ਪਾਂਬੜ ਬਣ ਕੇ ਸਾਹਮਣੇ ਆਈ ਇਹਨਾਂ ਪਾਰਟੀਜ਼ ਦੇ ਵਿੱਚ। ਇਹਨਾਂ ਪਾਰਟੀਜ਼ ਦਾ ਸ਼ਿੰਗਾਰ ਬਣੇ ਚੰਨੀ ਜੀ ਦੇ ਇੱਕ ਤੋਂ ਇੱਕ ਬਿਹਤਰੀਨ ਗੀਤ।
क्या और भला सच है क्या, जिंदगी ख्वाब है ख्वाब में झूठ है क्या और भला सच है क्या, सब सच है जिंदगी ख्वाब है। दिल ने हमसे जो कहा हमने वैसा ही किया, दिल ने हमसे जो कहा हमने वैसा ही किया, फिर कभी फुर्सत से सोचेंगे बुरा था या भला, जिंदगी ख्वाब है ख्वाब में झूठ है क्या और भला सच है क्या, जिंदगी ख्वाब है ख्वाब में झूठ है क्या और भला सच है क्या, जिंदगी ख्वाब है। बेशक कामयाबी चन्नी जी दे कदम चुम रही सी, पैसे दी कोई काट नहीं सी, पर फिर भी किते ना किते कोई काट कोई खला जरूर सी। चन्नी जी सिर्फ पैसा कमा के ही खुश नहीं सी, ओ जिंदगी तो कुछ होर भी चाहते सी। चन्नी जी नु कुछ अलग कुछ नवा करन दा मौका मिलिया जदों उन्होंने मकसूदा की जमीन खरीदी। टाउनशिप प्लानिंग स्कीम के अंतर्गत यह जमीन खरीदी गई सी, ते कारपोरेशन वाले की शर्त सी कि वह इस जमीन दे विच कोई कम्यूनिटी प्लेस या स्कूल जरूर खोलन, ते चन्नी जी इस गल नू लै के बहुत ही क्लीयर सी। ते आखिर वो दिन आया जिस दिन स्कूल का उद्घाटन होना सी। असी गल कर रहे हैं सिटी पब्लिक स्कूल मकसूदा दी, जो इस वेले जलंधर दे टॉप दे स्कूल्स विचों है। ये स्कूल बना के चन्नी जी नू जो सुकून जो खुशी महसूस हुई वो कदे प्रॉपर्टी दे काम च नहीं हुई सी। वाकई बड़ा भागा वाला दिन सी। ਬਦਰ ਧਿਆਨ ਰੱਖੀ ਕੋਈ ਖਾਣਾ ਖਾਂਦੇ ਬਗੈਰ ਜਾਣਾ ਨੀ ਚਾਹੀਦਾ। ਠੀਕ ਹੈ ਸ਼ਾਹ ਜੀ, ਖਾਣਾ ਤਾਂ ਬਣਿਆ ਪਿਆ, ਮੈਂ ਖੁਦ ਖਿਲਾਏਗਾ। ਅੱਜ ਸ਼ਾਹ ਅੱਜ ਮੈਡਮ Thank you.
ਦੋਸਤੋ, ਰੱਬ ਤੋਂ ਬਾਅਦ ਮਾਂ ਦਾ ਹੀ ਰੁਤਬਾ ਮੰਨਿਆ ਜਾਂਦਾ ਹੈ। ਜੇ ਸਾਡਾ ਵਸ ਚੱਲੇ ਤਾਂ ਅਸੀਂ ਆਪਣੇ ਮਾਂ ਪਿਓ ਨੂੰ ਕਦੇ ਵੀ ਵਿਛੜਨ ਨਾ ਦਈਏ। ਪਰ ਹਕੀਕਤ ਇਹ ਹੈ ਕਿ ਇਸ ਫਾਨੀ ਦੁਨੀਆ ਤੋਂ ਹਰ ਕਿਸੇ ਨੇ ਇੱਕ ਨਾ ਇੱਕ ਦਿਨ ਕੂਚ ਕਰ ਹੀ ਜਾਣਾ ਹੈ। ਉਹ ਅਭਾਗਾ ਦਿਨ ਜਦੋਂ ਚੰਨੀ ਜੀ ਦੇ ਮਾਤਾ ਜੀ ਉਹਨਾਂ ਨੂੰ ਸਦੀਵੀ ਵਿਛੋੜਾ ਦੇ ਕੇ ਵਾਹਿਗੁਰੂ ਜੀ ਦੇ ਚਰਨਾਂ 'ਚ ਜਾ ਵਿਰਾਜੇ। ਇਹ ਸਮਾਂ ਉਹਨਾਂ ਲਈ ਬਹੁਤ ਮੁਸ਼ਕਿਲ ਸੀ ਤੇ ਕਹਿੰਦੇ ਨੇ ਕਿ ਮੁਸੀਬਤ ਕਦੇ ਇਕੱਲੀ ਨਹੀਂ ਆਉਂਦੀ। ਮਾਂ ਦੇ ਵਿਛੋੜੇ ਤੋਂ ਬਾਅਦ ਚੰਨੀ ਜੀ ਕਾਫੀ ਉਦਾਸ ਰਹਿਣ ਲੱਗ ਗਏ ਤੇ ਬਿਜ਼ਨਸ 'ਚ ਧਿਆਨ ਨਹੀਂ ਦਿੱਤਾ, ਜਿਸ ਕਰਕੇ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਤੇ ਉਹ ਡਿਪਰੈਸ਼ਨ 'ਚ ਚਲੇ ਗਏ। ਪਰ ਕਹਿੰਦੇ ਨੇ ਨਾ ਕਿ ਕੋਈ ਵੀ ਹਾਰ ਅੰਤਮ ਨਹੀਂ ਜਦ ਤੱਕ ਤੁਸੀਂ ਲੜਨਾ ਨਹੀਂ ਛੱਡਦੇ। ਦੁਨੀਆ ਦਾ ਸਭ ਤੋਂ ਔਖਾ ਕੰਮ ਹੈ ਦੋਸਤੋ ਸੈਲਫ ਮੋਟੀਵੇਸ਼ਨ, ਤੇ ਇਹ ਕੰਮ ਚੰਨੀ ਜੀ ਨੇ ਕੀਤਾ। ਸਭ ਤੋਂ ਮੁਸ਼ਕਲ ਲੜਾਈ ਹੁੰਦੀ ਹੈ ਜਿਹੜੀ ਇਨਸਾਨ ਆਪਣੇ ਆਪ ਨਾਲ ਲੜਦਾ, ਤੇ ਇਸ ਲੜਾਈ 'ਚ ਚੰਨੀ ਜੀ ਦੇ ਸਾਰਥੀ ਬਣੇ ਓਸ਼ੋ। ਜੇ ਉਹ ਡਿਪਰੈਸ਼ਨ ਤੋਂ ਬਾਹਰ ਨਿਕਲ ਸਕੇ ਤਾਂ ਇਸ 'ਚ ਬਹੁਤ ਵੱਡਾ ਹੱਥ ਸੀ ਓਸ਼ੋ ਦੀਆਂ ਟੀਚਿੰਗਸ ਦਾ, ਉਹਨਾਂ ਦੇ ਸਿਧਾਂਤਾਂ ਦਾ। ਤੇ ਚੰਨੀ ਜੀ ਅੱਜ ਵੀ ਮੰਨਦੇ ਨੇ ਕਿ ਜਦ ਕਦੇ ਵੀ ਨਿਰਾਸ਼ਾ ਦੇ, ਮਾਯੂਸੀ ਦੇ, ਉਦਾਸੀ ਦੇ ਬੱਦਲ ਉਹਨਾਂ ਨੂੰ ਘੇਰਦੇ ਨੇ ਤਾਂ ਓਸ਼ੋ ਦੇ ਵਿਚਾਰ ਇੱਕ ਆਸ ਦੀ ਕਿਰਨ ਲੈ ਕੇ ਆਉਂਦੇ ਨੇ ਤੇ ਇਹਨਾਂ ਨੂੰ ਮੁੜ ਜਿਉਂਦਾ ਕਰ ਦਿੰਦੇ ਨੇ। ਗਿਰਨੇ ਸੇ ਡਰਤਾ ਹੈ ਕਿਉਂ, ਮਰਨੇ ਸੇ ਡਰਤਾ ਹੈ ਕਿਉਂ, ਠੋਕਰ ਤੋ ਜਬ ਤੱਕ ਨਾ ਖਾਏਗਾ, ਪਾਸ ਕਿਸੀ ਗਮ ਕੋ ਨਾ ਜਬ ਤੱਕ ਬੁਲਾਏਗਾ, ਜ਼ਿੰਦਗੀ ਹੈ ਚੀਜ਼ ਕਿਆ ਨਹੀਂ ਜਾਣ ਪਾਏਗਾ, ਰੋਤਾ ਹੁਆ ਆਇਆ ਹੈ ਰੋਤਾ ਚਲਾ ਜਾਏਗਾ। ਏ ਭਾਈ ਏ ਭਾਈ ਜ਼ਰਾ ਦੇਖ ਕੇ ਚੱਲੂ, ਆਗੇ ਹੀ ਨਹੀਂ ਪਿੱਛੇ ਹੀ, ਦਾਏ ਹੀ ਨਹੀਂ ਬਾਏ ਹੀ, ਉੱਪਰ ਹੀ ਨਹੀਂ ਨੀਚੇ ਵੀ। ਏ ਭਾਈ ਡਿੱਗਣਾ ਕੋਈ ਖਾਸ ਗੱਲ ਨਹੀਂ, ਸਾਰੇ ਡਿੱਗਦੇ ਨੇ, ਪਰ ਖਾਸ ਗੱਲ ਹੈ ਡਿੱਗ ਕੇ ਖੜੇ ਹੋਣਾ। ਇਸ ਤੋਂ ਬਾਅਦ ਚੰਨੀ ਜੀ ਇੱਕ ਨਵੇਂ ਜੋਸ਼ ਦੇ ਨਾਲ ਕੰਮ 'ਚ ਲੱਗ ਪਏ। ਮਕਸੂਦਾਂ ਸਕੂਲ ਦੇ ਨਾਲ ਜਿਹੜਾ ਪਲਾਟ ਸੀ ਉੱਥੇ ਇੱਕ ਪ੍ਰੋਫੈਸ਼ਨਲ ਕਾਲਜ ਖੋਲਿਆ। ਪ੍ਰੋਫੈਸ਼ਨਲ ਕਾਲਜ ਬਹੁਤ ਅੱਛਾ ਚੱਲ ਨਿਕਲਿਆ। ਐਜੂਕੇਸ਼ਨ ਦੇ ਨਾਲ ਜੁੜ ਕੇ ਚੰਨੀ ਜੀ ਨੂੰ ਜੋ ਸਕੂਨ ਮਿਲ ਰਿਹਾ ਸੀ ਉਹ ਬਿਆਨ ਤੋਂ ਬਾਹਰ ਸੀ। ਹਾਲਾਤ ਦੀ ਮਜਬੂਰੀ ਕਰਕੇ ਉਹ ਬੇਸ਼ੱਕ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੇ, ਪਰ ਚਾਹੁੰਦੇ ਸੀ ਕਿ ਉਹਨਾਂ ਦੇ ਬੱਚੇ ਵੱਡੀ ਤੋਂ ਵੱਡੀ ਯੂਨੀਵਰਸਿਟੀ 'ਚ ਪੜ੍ਹਨ। ਅਤੇ ਇਸੇ ਮਕਸਦ ਨੂੰ ਧਿਆਨ 'ਚ ਰੱਖਦਿਆਂ ਉਹਨਾਂ ਨੇ ਆਪਣੇ ਵੱਡੇ ਬੇਟੇ ਮਨਵੀਰ ਸਿੰਘ ਨੂੰ ਹਾਇਰ ਸਟੱਡੀਜ਼ ਲਈ UK ਭੇਜਿਆ। ਮੈਨੂੰ
ਮੈਨੂੰ ਨਾ ਬੁਲਾਓ ਵੀਰ ਜੀ। ਕੀ ਹੋਇਆ, ਤੁਸੀਂ ਮੈਨੂੰ ਇਕੱਲੇ ਹੀ ਛੱਡ ਕੇ ਜਾ ਰਹੇ, ਮੈਨੂੰ ਤਾਂ ਲੈ ਕੇ ਨਹੀਂ ਜਾ ਰਹੇ। ਦੇਖ ਬਣੀ, ਜਦੋਂ ਤੇਰਾ ਟਾਈਮ ਆਏਗਾ ਨਾ ਮੈਂ ਤੈਨੂੰ ਖੁਦ ਭੇਜੂੰਗਾ। ਪੱਕਾ? ਪੱਕਾ ਪੱਕਾ। ਬਣੀ ਕੀ ਭੇਜਾ ਤੇਰੇ ਲਈ ਇੰਗਲੈਂਡ ਤੋਂ? ਵੀਡੀਓ ਗੇਮ। ਡਨ। ਆ ਕੀ ਰਹੀ ਸੀ ਵੀਰ? ਅਗਲੇ ਮਹੀਨੇ ਰੱਖੜੀ ਹੈ ਤੇ ਤੂੰ ਬਾਹਰ ਜਾ ਰਿਹਾ, ਮੈਂ ਤੈਨੂੰ ਰੱਖੜੀ ਬੰਨੇ ਬਿਨਾਂ ਕਿੱਦਾਂ ਭੇਜ ਸਕਦੀ ਹਾਂ? ਬਣੀ ਆ ਪੜੀ ਜ਼ਰਾ। ਤਾਰੋ ਕਾ ਸਬਕਾ ਕਹਿਣਾ ਹੈ, ਏਕ ਹਜ਼ਾਰੋ ਮੇ ਮੇਰੀ ਬਹਿਨਾ ਹੈ, ਸਾਰੀ ਉਮਰ ਹਮੇ ਸੰਗ ਰਹਿਣਾ ਹੈ। ਫੂਲੋ ਕਾ ਤਾਰੋ ਕਾ ਸਬਕਾ ਕਹਿਣਾ ਹੈ, ਏਕ ਹਜ਼ਾਰੋ ਮੇ ਮੇਰੀ ਬਹਿਨਾ ਹੈ, ਸਾਰੀ ਦੋਸਤੋ। ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਅਮੀਰ ਲੋਕਾਂ ਦੇ ਬੱਚੇ ਵਿਗੜ ਜਾਂਦੇ ਨੇ, ਪਰ ਚੰਨੀ ਜੀ ਸਿਰਫ ਦੌਲਤ ਦੇ ਨਹੀਂ ਕਿਰਦਾਰ ਦੇ ਵੀ ਅਮੀਰ ਸੀ। ਚੰਨੀ ਜੀ ਦਾ ਅਨੁਸ਼ਾਸਨ ਅਤੇ ਪਰਮਿੰਦਰ ਜੀ ਦੀ ਪਰਵਰਿਸ਼, ਉਹਨਾਂ ਦੇ ਬੱਚੇ ਰਾਹ ਤੋਂ ਭਟਕੇ ਨਹੀਂ। ਉਹਨਾਂ ਦਾ ਵੱਡਾ ਬੇਟਾ ਮਨਵੀਰ ਸਿੰਘ 2003 'ਚ ਆਪਣੀ ਪੜ੍ਹਾਈ ਪੂਰੀ ਕਰਕੇ UK ਤੋਂ ਵਾਪਸ ਆਇਆ। ਮਨਵੀਰ ਸਿੰਘ ਨੇ ਆਪਣੇ ਮਾਂ ਬਾਪ ਤੋਂ ਮਿਲੀ ਹੋਈ ਸਿੱਖਿਆ ਨੂੰ ਆਪਣੇ ਕਿਰਦਾਰ 'ਚ ਇਸ ਤਰ੍ਹਾਂ ਢਾਲਿਆ ਕਿ ਉਹ ਆਪਣੇ ਆਪ 'ਚ ਇੱਕ ਡਿਸਿਪਲਨ ਦੀ ਮਿਸਾਲ ਨੇ। ਇਸੇ ਅਨੁਸ਼ਾਸਨ ਦੇ ਨਾਲ ਚੱਲਦਿਆਂ ਹੀ ਉਹਨਾਂ ਨੇ ਆਪਣੇ ਰੋਲ ਮਾਡਲ ਯਾਨੀ ਕਿ ਆਪਣੇ ਪਿਤਾ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਸ਼ੁਰੂ ਕੀਤਾ। ਬੇਟੇ ਦਾ ਸਾਥ ਅਤੇ ਚੰਗੇ ਸਲਾਹਕਾਰਾਂ ਦੀ ਹੱਲਾਸ਼ੇਰੀ, ਜਿਨ੍ਹਾਂ 'ਚੋਂ ਪ੍ਰਮੁੱਖ ਸਨ ਡਾਕਟਰ ਪੁਟਾਨੀ, ਜੋ ਕਿ ਉਸ ਵੇਲੇ ਮਕਸੂਦਾਂ ਕਾਲਜ ਦੇ ਡਾਇਰੈਕਟਰ ਸੀ। ਇਹਨਾਂ ਸਾਰਿਆਂ ਨੇ ਮਿਲ ਕੇ ਸ਼ਾਹਪੁਰ 'ਚ ਜਿਹੜੀ ਜ਼ਮੀਨ ਖਰੀਦੀ ਸੀ ਉਹਦੇ 'ਤੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਬਣਾਉਣ ਲਈ ਦਿਨ ਰਾਤ ਇੱਕ ਕਰਤਾ। ਉਹ 66 ਫੁੱਟੀ ਰੋਡ ਜਿਹਦੇ 'ਤੇ ਅੱਜ ਮੌਲਸ ਨੇ, ਹਾਊਸਿੰਗ ਸੁਸਾਇਟੀਜ਼ ਨੇ, ਉਹ ਰੋਡ ਚੰਨੀ ਜੀ ਨੇ ਆਪਣੀਆਂ ਐਫਰਟਸ ਨਾਲ ਅਪਰੂਵ ਕਰਕੇ ਆਪ ਬਣਵਾਈ ਸੀ। ਅਤੇ ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਜਦੋਂ ਸ਼ਾਹਪੁਰ ਦੀ ਇੰਸਪੈਕਸ਼ਨ ਹੋਈ, ਲਾਈਟ ਦਾ ਪ੍ਰੋਪਰ ਇੰਤਜ਼ਾਮ ਨਹੀਂ ਸੀ, ਪਰ ਚੰਨੀ ਜੀ ਅਤੇ ਉਹਨਾਂ ਦੇ ਸਾਥੀਆਂ ਦੇ ਅੰਦਰ ਅੱਗ ਪੂਰੀ ਸੀ। ਉਸੇ ਅੱਗ ਕਰਕੇ ਉਹਨਾਂ ਨੇ ਮੋਮਬੱਤੀਆਂ ਦੀ ਰੋਸ਼ਨੀ 'ਚ ਇੰਸਪੈਕਸ਼ਨ ਕਰਵਾਈ ਅਤੇ ਇਹ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਇੱਕੋ ਵੇਲੇ 5 ਕਾਲਜਿਸ ਨੂੰ ਅਪਰੂਵਲ ਮਿਲੀ। ਮੈਂ ਅਕੇਲਾ ਹੀ ਚਲਾ ਥਾ ਜਾਨਬੇ ਮੰਜ਼ਿਲ ਮਗਰ, ਲੋਕ ਸਾਥ ਆਤੇ ਗਏ ਕਾਰਵਾਂ ਬਣਤਾ ਗਿਆ। ਇੱਕ ਸਕੂਲ ਤੋਂ ਸ਼ੁਰੂ ਹੋਇਆ ਸਫ਼ਰ ਅੱਜ ਪ੍ਰੋਫੈਸ਼ਨਲ ਕਾਲਜਾਂ ਦੀ ਇੱਕ ਲੰਮੀ ਕਤਾਰ ਤੱਕ ਪਹੁੰਚ ਚੁੱਕਿਆ ਸੀ। ਚੰਗੀ ਸੋਚ ਅਤੇ ਅਣਥੱਕ ਮਿਹਨਤ ਦਾ ਸਦਕਾ ਸ਼ਾਹਪੁਰ ਕੈਂਪਸ ਨੇ ਵੀ ਤਕਨੀਕੀ ਸਿੱਖਿਆ ਵਿੱਚ ਇੱਕ ਚੰਗਾ ਮੁਕਾਮ ਹਾਸਲ ਕਰ ਲਿਆ ਸੀ ਔਰ ਭਾਰਤ ਦੇ ਵੱਖ ਵੱਖ ਹਿੱਸਿਆਂ ਤੋਂ ਵਿਦਿਆਰਥੀ ਇੱਥੇ ਸਿੱਖਿਆ ਲੈਣ ਵਾਸਤੇ ਆ ਰਹੇ ਸਨ। ਇਸੇ ਦੌਰਾਨ ਇੱਕ ਹੋਰ ਸਿਪਾਸਾਲਾਰ
ਇੱਕ ਹੋਰ ਯੋਧਾ ਜ਼ਿੰਦਗੀ ਦੀ ਜੰਗ ਵਿੱਚ ਸਾਥ ਦੇਣ ਵਾਸਤੇ ਤਿਆਰ ਹੋ ਚੁੱਕਿਆ ਸੀ। ਕਹਿਣ ਦਾ ਭਾਵ, ਚੰਨੀ ਜੀ ਦਾ ਛੋਟਾ ਬੇਟਾ ਹਰਪ੍ਰੀਤ ਸਿੰਘ ਜਵਾਨੀ ਵਿੱਚ ਕਦਮ ਰੱਖ ਚੁੱਕਿਆ ਸੀ। ਮਨਵੀਰ ਸਿੰਘ ਨੇ ਇਸ ਗੱਲ ਨੂੰ ਸਮਝਦੇ ਹੋਏ ਚੰਨੀ ਜੀ ਨਾਲ ਸਲਾਹ ਕਰਕੇ ਆਪਣੇ ਛੋਟੇ ਭਰਾ ਹਰਪ੍ਰੀਤ ਨੂੰ ਵੀ ਉਚੇਰੀ ਸਿੱਖਿਆ ਲਈ ਆਸਟ੍ਰੇਲੀਆ ਭੇਜਣ ਦਾ ਫੈਸਲਾ ਕੀਤਾ, ਤਾਂ ਜੋ ਹਰਪ੍ਰੀਤ ਵੀ ਦੁਨੀਆ ਵਿੱਚ ਹੋ ਰਹੇ ਬਦਲਾਵ ਨੂੰ ਨਜ਼ਦੀਕੀ ਨਾਲ ਸਮਝ ਸਕੇ ਅਤੇ ਦੋਵੇਂ ਭਰਾ ਆਪਣੇ ਪਿਤਾ ਦੀਆਂ ਬਾਹਾਂ ਬਣ ਸਕਣ। ਚੰਨੀ ਜੀ ਦਾ ਹੋਸ਼ ਔਰ ਉਹਨਾਂ ਦੇ ਬੇਟਿਆਂ ਦਾ ਜੋਸ਼ ਕਾਮਯਾਬੀ ਦਾ ਨਵਾਂ ਇਤਿਹਾਸ ਲਿਖ ਰਹੇ ਸਨ। ਵੈਸੇ ਵੀ ਕਹਿੰਦੇ ਨੇ ਜਨਾਬ ਕਿ ਜ਼ਿੰਦਗੀ ਇੱਕ ਰੇਸ ਨਹੀਂ, ਰਿਲੇਅ ਰੇਸ ਹੈ, ਜੋ ਆਪਣਿਆਂ ਦੇ ਸਾਥ ਤੋਂ ਬਿਨਾਂ ਨਹੀਂ ਜਿੱਤੀ ਜਾ ਸਕਦੀ। ਸਿਟੀ ਗਰੁੱਪ ਆਫ ਇੰਸਟੀਟਿਊਸ਼ਨਸ ਕਾਮਯਾਬੀ ਦੀਆਂ ਨਿੱਤ ਨਵੀਆਂ ਪੌੜੀਆਂ ਚੜ ਰਿਹਾ। ਐਕੇਡੈਮਿਕ ਫੀਲਡ ਹੋਵੇ, ਸਪੋਰਟਸ ਹੋਵੇ ਜਾਂ ਕਲਚਰਲ ਐਕਟੀਵਿਟੀਜ਼, ਹਰ ਫੀਲਡ ਦੇ ਵਿੱਚ ਇੱਥੋਂ ਦੇ ਸਟੂਡੈਂਟਸ ਝੰਡੇ ਗੱਡ ਰਹੇ ਨੇ। ਚੰਨੀ ਜੀ ਕਹਿੰਦੇ ਨੇ ਕਿ ਜੇ ਕੋਈ ਕੰਮ ਕਰਨ ਦਾ ਇਰਾਦਾ ਹੈ ਤਾਂ ਉਹਦੇ ਬਾਰੇ ਚਾਹੇ 10 ਦਿਨ ਸੋਚੋ, 10 ਮਹੀਨੇ ਸੋਚੋ ਜਾਂ 10 ਸਾਲ ਸੋਚੋ, ਪਰ ਇੱਕ ਵਾਰ ਜੇ ਸੋਚ ਲਿਆ ਤਾਂ ਫਿਰ ਕਦੇ ਪਿੱਛੇ ਨਾ ਹਟੋ। ਫਿਰ ਤਕਦੀਰ ਤੁਹਾਡੇ ਹੱਥਾਂ 'ਚ ਹੋਏਗੀ ਅਤੇ ਕਾਮਯਾਬੀ ਤੁਹਾਡੇ ਕਦਮਾਂ 'ਚ। ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ ਕਿ ਬਤਾ ਤੇਰੀ ਰਜ਼ਾ ਕਿਆ। ਅਤੇ ਜੇ ਕੰਮ ਖਤਮ ਹੋਣ ਤੋਂ ਪਹਿਲਾਂ ਯਮਰਾਜ ਵੀ ਲੈਣ ਆ ਜਾਏ ਤਾਂ ਉਹਨੂੰ ਵੀ ਕਹਿ ਦਿਓ, ਅਜੇ ਨਹੀਂ ਭਾਈ, ਅਜੇ ਮੈਂ ਮਰਨਾ ਅਫੋਰਡ ਨਹੀਂ ਕਰ ਸਕਦਾ, ਮੇਰਾ ਕੰਮ ਅਜੇ ਅਧੂਰਾ ਪਿਆ। ਸੋ ਦੋਸਤੋ, ਹੈਪੀ ਐਂਡਿੰਗ? ਜੀ ਨਹੀਂ, ਪਿਕਚਰ ਅਭੀ ਬਾਕੀ ਹੈ ਮੇਰੇ ਦੋਸਤ। ਇੱਕ ਡ੍ਰੀਮਰ ਦੇ ਡ੍ਰੀਮਸ ਦਾ ਅਤੇ ਇੱਕ ਅਚੀਵਰ ਦੀਆਂ ਅਚੀਵਮੈਂਟਸ ਦਾ ਕੋਈ ਅੰਤ ਨਹੀਂ ਹੁੰਦਾ। ਉਹ ਬਸ ਆਪਣੇ ਟਾਰਗੇਟ ਨੂੰ ਅੱਗੇ ਵਧਾਉਂਦੇ ਜਾਂਦੇ ਨੇ। ਇੱਕ ਯੂਨੀਵਰਸਿਟੀ ਦਾ ਖਿਆਲ ਹਮੇਸ਼ਾ ਚੰਨੀ ਜੀ ਦੇ ਜ਼ਿਹਨ 'ਚ ਪਲਸੇਟੀਆਂ ਮਾਰਦਾ ਸੀ। ਜਦੋਂ ਬਾਹਰਲੀ ਕੰਟਰੀਜ਼ ਘੁੰਮ ਕੇ ਆਏ, ਹੋਰ ਯੂਨੀਵਰਸਿਟੀਜ਼ ਦੇਖੀਆਂ, ਅਤੇ ਇਹ ਇੱਛਾ ਹੋਰ ਪ੍ਰਬਲ ਹੋ ਗਈ ਕਿ ਇੱਕ ਐਸੀ ਯੂਨੀਵਰਸਿਟੀ ਬਣਾਈ ਜਾਵੇ ਜਿਹੜੀ ਉਹਨਾਂ ਲੋਕਾਂ ਤੱਕ ਵਿੱਦਿਆ ਪਹੁੰਚਾਏ ਜਿਨ੍ਹਾਂ ਤੱਕ ਅੱਜ ਤੱਕ ਵਿੱਦਿਆ ਐਜੂਕੇਸ਼ਨ ਨਹੀਂ ਪਹੁੰਚੀ। ਸੋ ਇਸ ਮਕਸਦ ਨਾਲ ਉਹਨਾਂ ਨੇ ਪੂਰੇ ਪੰਜਾਬ ਦਾ ਅਧਿਐਨ ਕੀਤਾ। ਕਦੇ ਚੰਡੀਗੜ੍ਹ, ਕਦੇ ਅੰਮ੍ਰਿਤਸਰ, ਕਦੇ ਪਟਿਆਲਾ, ਪਰ ਜਿਹੜੀ ਜਗ੍ਹਾ ਉਹਨਾਂ ਨੂੰ ਪਸੰਦ ਆਈ ਉਹ ਸੀ ਲੁਧਿਆਣਾ ਫਿਰੋਜ਼ਪੁਰ ਰੋਡ 'ਤੇ। ਅਤੇ ਫਿਰ ਕੀ ਸੀ, ਯੂਨੀਵਰਸਿਟੀ ਦੀ ਉਸਾਰੀ ਸ਼ੁਰੂ ਹੋ ਗਈ। ਪੂਰੀ ਮਿਹਨਤ, ਪੂਰਾ ਜੋਸ਼, ਪੂਰੀ ਲਗਨ, ਦੇਖਦਿਆਂ ਦੇਖਦਿਆਂ ਯੂਨੀਵਰਸਿਟੀ ਦੀ ਇਮਾਰਤ ਤਿਆਰ ਹੋ ਗਈ। ਸਭ ਕੁਝ ਬਿਲਕੁਲ ਸਹੀ ਚੱਲ ਰਿਹਾ ਸੀ, ਪਰ ਇੱਥੇ ਤਾਂ ਕਹਾਣੀ 'ਚ ਟਵਿਸਟ ਹੈ ਹਜ਼ੂਰ।
ਚੰਨੀ ਜੀ ਦਾ ਅਤੇ ਇਮਤਿਹਾਨਾਂ ਦਾ ਬਚਪਨ ਤੋਂ ਹੀ ਬਹੁਤ ਗੂੜਾ ਨਾਤਾ ਸੀ। ਜਦੋਂ ਯੂਨੀਵਰਸਿਟੀ ਬਿਲਕੁਲ ਬਣ ਕੇ ਤਿਆਰ ਸੀ ਤਾਂ ਲਾਸਟ ਮੋਮੈਂਟ 'ਤੇ ਉਹਦੀ ਅਪਰੂਵਲ ਮਿਲਣ 'ਚ ਦੇਰ ਹੋਈ। ਬਹੁਤ ਵੱਡਾ ਸੁਪਨਾ ਸੀ ਚੰਨੀ ਜੀ ਦਾ, ਕਾਫੀ ਨਿਰਾਸ਼ ਹੋਏ ਉਹ ਅਤੇ ਇੱਕ ਵਾਰ ਫਿਰ ਡਿਪਰੈਸ਼ਨ 'ਚ ਚਲੇ ਗਏ। ਪਰ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਘਰ ਆਰਾਮ ਨਹੀਂ ਬਹਿੰਦੇ। ਜਦੋਂ ਚੰਨੀ ਜੀ ਇਕੱਲੇ ਸੀ ਉਦੋਂ ਉਹਨਾਂ ਨੇ ਡਿਪਰੈਸ਼ਨ ਦੀ ਪਰਵਾਹ ਨਹੀਂ ਕੀਤੀ ਅਤੇ ਹੁਣ ਤਾਂ ਉਹਨਾਂ ਦਾ ਸਾਥ ਦੇਣ ਲਈ ਪੂਰਾ ਪਰਿਵਾਰ ਨਾਲ ਸੀ। ਚੰਨੀ ਜੀ ਦੀ ਮਾਂ ਦਾ ਆਸ਼ੀਰਵਾਦ ਅਜੇ ਵੀ ਉਹਨਾਂ ਦੇ ਨਾਲ ਸੀ, ਪਰਿਵਾਰ ਦਾ ਸਾਥ ਅਤੇ ਉਹਨਾਂ ਦੀ ਅਨਟਾਈਂਗ ਸਪਿਰਿਟ ਦੁੱਖ ਅਤੇ ਸੰਕਟ ਦੇ ਬੱਦਲ ਛੱਡ ਗਏ ਅਤੇ ਹਨੇਰੇ ਨੂੰ ਚੀਰਦਾ ਹੋਇਆ ਸੀਟੀ ਯੂਨੀਵਰਸਿਟੀ ਦਾ ਸੂਰਜ ਉਦੈ ਹੋਇਆ। ਇਹ ਚੰਨੀ ਜੀ ਦੇ ਸਫ਼ਰ ਦਾ ਅੰਤ ਨਹੀਂ ਹੈ, ਇਹ ਤਾਂ ਮਹਿਜ਼ ਇੱਕ ਪੜਾਅ ਹੈ। ਉਮੀਦ ਕਰਦੇ ਹਾਂ ਕਿ ਚੰਨੀ ਜੀ ਇਹੋ ਜਿਹੀਆਂ ਹੋਰ ਲੱਖਾਂ ਕਾਮਯਾਬੀਆਂ ਹਾਸਲ ਕਰਨਗੇ, ਕਿਉਂਕਿ ਸਿਤਾਰੋਂ ਸੇ ਆਗੇ ਜਹਾਂ ਔਰ ਵੀ ਹੈ, ਅਭੀ ਇਸ਼ਕ ਕੇ ਇਮਤਿਹਾਂ ਔਰ ਵੀ ਹੈ। ਹੁਣ ਦਿਲ ਥਾਮ ਕੇ ਬਹਿ ਜਾਓ ਦੋਸਤੋ, ਹੁਣ ਤੱਕ ਤਾਂ ਇਸ ਕਹਾਣੀ 'ਚ ਤੁਸੀਂ ਐਕਟਰਸ ਨੂੰ ਦੇਖਿਆ ਸੀ, ਪਰ ਹੁਣ ਤੁਹਾਡੇ ਸਾਹਮਣੇ ਆਉਣ ਵਾਲਾ ਹੈ ਸਾਡੀ ਇਸ ਕਹਾਣੀ ਦਾ ਅਸਲੀ ਨਾਇਕ, 68 ਸਾਲ ਦਾ ਨੌਜਵਾਨ ਜੋ ਖੁਦ ਗਾਏਗਾ ਅਤੇ ਪਰਫੋਰਮ ਕਰੇਗਾ ਅਤੇ ਲੋਕਾਂ ਨੂੰ ਇਹ ਸੁਨੇਹਾ ਦੇ ਜਾਏਗਾ ਕਿ ਜੋਸ਼, ਪੈਸ਼ਨ, ਜਨੂਨ ਉਮਰ ਦੇ ਗੁਲਾਮ ਨਹੀਂ ਹੁੰਦੇ। ਵਰਨਾ ਯਹਾਂ ਇਸਕੇ ਸਿਵਾ ਜਾਣਾ ਕਹਾਂ, ਜੀਨਾ ਯਹਾਂ ਵਰਨਾ ਯਹਾਂ ਇਸ
इसके सिवा जाना कहाँ। जी चाहे जब हमको आवाज दो, हम हैं वहीं हम थे जहाँ, अपने यहीं दोनों जहाँ, इसके सिवा जाना कहाँ। गीत जीवन संगीत कल भी कोई दोहराएगा, ये मेरा गीत जीवन संगीत कल भी कोई दोहराएगा। जग को हंसाने बहरूप या रूप बदल फिर आएगा। स्वर्ग नर्क यहाँ, इसके सिवा जाना कहाँ। चाहे जब हमको आवाज दो, हम हैं वही हम थे जहाँ, अपने यही दोनों जहाँ, इसके सिवा जाना कहाँ। कल खेल में हम हो न हो, गर्दिश में तारे रहेंगे सदा। कल खेल में हम हो न हो, गर्दिश में तारे रहेंगे सदा। भूलोगे तुम भूलेंगे वो, पर हम तुम्हारे रहेंगे सदा। रहेंगे यहीं अपने निशान, इसके सिवा जाना कहाँ। जी चाहे जब हमको आवाज दो, हम हैं वहीं हम थे जहाँ, अपने यहीं दोनों जहाँ, इसके सिवा जाना कहाँ। जीना यहाँ मरना यहाँ, इसके सिवा जाना कहाँ।
ਕਹਾਂ ਕਹਾਂ।